ਮਾਂ ਪਿਓ ਦੀ ਲਾਪਰਵਾਹੀ ਨੇ ਆਪਣੇ 21 ਮਹੀਨੇ ਦੀ ਮਾਸੂਮ ਬੱਚੀ ਨੂੰ ਆਪਣੇ ਤੋਂ ਹਮੇਸ਼ਾ ਲਈ ਦੂਰ ਕਰ ਦਿੱਤਾ। ਜਦੋਂ ਇਹ ਮਾਸੂਮ ਖੇਡਦੇ ਪਾਣੀ ਦੀ ਬਾਲਟੀ ਦੇ ਵਿੱਚ ਜਾ ਵੜੀ ਤੇ ਬਾਲਟੀ ਚੋਂ ਬਾਹਰ ਨਹੀਂ ਨਿਕਲ ਪਾਈ ਅਤੇ ਪਾਣੀ 'ਚ ਹੀ ਡੁੱਬ ਗਈ। ਅਤੇ ਜਦੋਂ ਬੱਚੀ ਦੀ ਮਾਂ ਨੇ ਉਸਨੂੰ ਵੇਖਿਆ ਤਾਂ ਉਸਨੂੰ ਡਿਸਪੈਂਸਰੀ ਲੈ ਕੇ ਗਏ। ਉਸ ਵੇਲੇ ਉਸਦੇ ਥੋੜੇ ਸਾਹ ਚੱਲ ਰਹੇ ਸਨ, ਪਰ ਜਿਵੇਂ ਹੀ ਉਹ ਡਿਸਪੈਂਸਰੀ ਤੋਂ ਬੱਤੀ ਹਸਪਤਾਲ ਲੈ ਕੇ ਗਏ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਹ 21 ਮਹੀਨੇ ਦੀ ਮਾਸੂਮ ਮਾਂ ਪਿਓ ਦੀ ਇਕਲੌਤੀ ਹੀ ਬੇਟੀ ਸੀ, ਜਿਸਦਾ ਨਾਮ ਭਾਵਨਾ ਸੀ। ਰੋਂਦੇ ਰੋਂਦੇ ਮਾਂ ਨੇ ਕਿਹਾ ਕਿ ਉਹ ਬਾਹਰ ਸਬਜ਼ੀ ਕੱਟ ਰਹੀ ਸੀ ਤੇ ਉਸਦੀ ਬੇਟੀ ਅੰਦਰ ਖੇਡ ਰਹੀ ਸੀ ਅਤੇ ਆਵਾਜ਼ ਦੇਣ ਤੇ ਉਸਨੇ ਕੋਈ ਜਵਾਬ ਨਹੀਂ ਦਿੱਤਾ ਤੇ ਨਾ ਹੀ ਉਹਨਾਂ ਨੂੰ ਕੋਈ ਆਵਾਜ਼ ਸੁਣਾਈ ਦਿੱਤੀ। ਅਤੇ ਜਦੋਂ ਉਸਨੇ ਅੰਦਰ ਜਾ ਕੇ ਵੇਖਿਆ ਤਾਂ ਉਹ ਪਾਣੀ ਦੀ ਬਾਲਟੀ ਦੇ ਵਿੱਚ ਡਿੱਗੀ ਹੋਈ ਸੀ। ਫਿਲਹਾਲ ਮਾਂ ਪਿਓ ਦਾ ਰੋ ਰੋ ਕੇ ਬੁਰਾ ਹਾਲ ਹੈ, ਕਿਉਂਕਿ ਉਹਨਾਂ ਨੇ ਆਪਣੀ ਇਕਲੌਤੀ ਬੇਟੀ ਨੂੰ ਹਮੇਸ਼ਾ ਲਈ ਗਵਾ ਦਿੱਤਾ। ਫਿਲਹਾਲ ਤੁਸੀਂ ਵੀ ਆਪਣੇ ਮਾਸੂਮ ਬੱਚਿਆਂ ਦਾ ਧਿਆਨ ਰੱਖੋ, ਕਿਉਂਕਿ ਗਰਮੀ ਦਾ ਵੇਲਾ ਹੈ ਤੇ ਹਰ ਕੋਈ ਆਪਣੇ ਘਰ ਦੇ ਵਿੱਚ ਪਾਣੀ ਨੂੰ ਐਕਸਟਰਾ ਸਟੋਰ ਕਰਕੇ ਰੱਖਦਾ ਹੈ, ਪਰ ਉਸਨੂੰ ਉੱਪਰੋਂ ਕਵਰ ਨਹੀਂ ਕਰਦਾ। ਜੇ ਤੁਹਾਡੇ ਘਰ 'ਚ ਵੀ ਮਾਸੂਮ ਬੱਚੇ ਨੇ ਤਾਂ ਤੁਸੀਂ ਵੀ ਅਜਿਹੀ ਗਲਤੀ ਨਾ ਕਰੋ ਤੇ ਆਪਣੇ ਬੱਚਿਆਂ ਦਾ ਖਾਸ ਧਿਆਨ ਰੱਖੋ, ਕਿਉਂਕਿ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਕਿ ਪਾਣੀ ਖੇਡਣ ਦੇ ਨਾਲ ਨਾਲ ਉਹਨਾਂ ਦੀ ਮੌਤ ਦਾ ਵੀ ਕਾਰਨ ਬਣ ਸਕਦਾ ਹੈ। ਤੇ ਖੇਡ ਰਹੇ ਤੇ ਲੜਕੀ ਤੋਂ ਅੰਦਰ ਹੀ ਖੇਡ ਰਹੇ ਤੇ ਫਿਰ ਬਾਹਰ ਆ ਗਿਆ। ਮੈਂ ਤਾਂ ਖੇਡ ਰਹੇ ਰੋਜ਼ ਖੇਡਤਾ ਥਾ ਉਸ ਜਗ੍ਹਾ ਖੇਡ ਰਹੇ ਤੇ ਮੈਂ ਇਤਨਾ ਸਾ ਪਿਆਜ ਕੱਟੀ, ਇਤਨਾ ਸਾ ਪਿਆਜ ਕੱਟ ਮੈਂ 5 ਘੰਟਾ ਲਗਾ, ਜੋ ਮਰਜ਼ੀ ਲਗੋ ਇਤਨਾ ਸਾ ਪਿਆਜ ਕੱਟਨੇ ਮੈਂ। ਉਸਕੇ ਬਾਅਦ ਆਵਾਜ਼ ਲਗਾਉਣੇ ਲੱਗੇ, ਭਾਵਨਾ ਭਾਵਨਾ ਕੁਛ ਆਵਾਜ਼ ਨਹੀਂ ਆਇਆ। ਤਬ ਮੈਂ ਬਾਹਰ ਨਿਕਲੀ, ਜੈਸੇ ਪੈਸੇ ਦੇ ਗਏ ਇਤਨਾ ਸਾ ਮੂੰਹ ਅਭੀ ਦੋਨੋਂ ਹੱਥ ਐਸੇ ਪਾਣੀ ਮੈਂ ਡੁਬਾ ਥਾ ਔਰ ਪਰ ਫਸਟ ਤੋਂ ਖੜਾ ਸਾ ਪੈਰ ਦੋਨੋਂ ਉਸਕਾ ਐਸੇ ਕਰਕੇ ਫਸਟ ਪੈਸੇ ਤੋਂ ਔਰ ਉਤਨਾ ਸਾ ਮੂੰਹ ਪਾਣੀ ਮੈਂ ਥਾ ਇਤਨਾ ਸਾ ਪੈਰ ਦੋਨੋਂ। तो फिर आप 32 हॉस्पिटल ले आए थे? नहीं, मां लगे डिस्पेंसरी में, गोद में लेके ना दरवाज मार के डिस्पेंसरी में गए। डिस्पेंसरी में पूछा तो बोला थोड़ा थोड़ा सांसे चल रहे, वहां पर रेफर कर दिया, यहां 32 रेफर कर दिया। कब की बात है ये? शाम को 5:30 बजे लगभग। कल शाम के 5:30? हां जी, कल के बाद। तो आपके पति नहीं थे घर पे उस टाइम? नहीं, काम पे गए तो नहीं थे घर पे, वो तो ड्यूटी थे। मैं अकेली थी, कोई नहीं थी घर पे। रोज खेलता था बच्चा उसे, रोज हाथ डालता था पानी में साबुन लगाने के लिए, ऐसे ऐसे डाल लेता था पानी, मुड़ा कभी नहीं दबाता था बच्ची मेरे। कितने महीने की थी बच्ची? बच्चे तो मतलब 21 महीने की होगी। और भी बच्चे आपके? नहीं, अभी तो नहीं है। ये लड़की तब मेरा दूसरा शादी था ना, ये पहला घर का लड़की है, और कोई बच्चे नहीं है।